ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਜਲੰਧਰ ਤੋਂ ਆਈ ਮਾੜੀ ਖਬਰ, ਕੋਰੋਨਾ ਨੇ ਲਈ ਇੱਕ ਹੋਰ ਜਾਨ। ਜਲੰਧਰ ਚ ਹੋਈ ਪਹਿਲੀ ਮੌਤ। ਜਲੰਧਰ ਵਿੱਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਜਲੰਧਰ ਡਾਕਟਰ ਗੁਰਵਿੰਦਰ ਕੌਰ ਚਾਵਲਾ ਨੇ ਕੀਤੀ ਹੈ। ਸਿਵਲ ਸਰਜਨ ਜਲੰਧਰ ਡਾਕਟਰ ਗੁਰਵਿੰਦਰ ਕੌਰ ਚਾਵਲਾ ਮੁਤਾਬਕ ਮ੍ਰਿਤਕ ਵਿਅਕਤੀ ਜਿਸ ਦੀ ਬੀਤੇ ਦਿਨ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਵੈਂਟੀਲੇਟਰ ਤੇ ਸੀ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੂਰਾ ਮਿੱਠਾਪੁਰ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਸਿਵਲ ਹਸਪਤਾਲ ਵਿਖੇ ਆਈਸੋਲੇਟ ਕੀਤਾ ਗਿਆ ਹੈ। ਵਿਧਾਇਕ ਦਾ ਡਾਇਰੈਕਟ ਕੰਟੈਕਟ ਨਹੀਂ ਕੋਈ ਹੈਗਾ। ਇਹਨਾਂ ਦੇ ਬੇਟੇ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ? ਬੇਟੇ ਨਾਲ ਸੰਬੰਧ ਆ, ਪਰ ਇਹ ਡਾਇਰੈਕਟ ਨਹੀਂ, ਇਨਡਾਇਰੈਕਟ ਕੰਟੈਕਟ ਹੈ ਉਹਨਾਂ ਨੂੰ। ਪਹਿਲਾਂ ਡਾਇਰੈਕਟ ਕੰਟੈਕਟ ਨੂੰ ਅਸੀਂ ਕਰਾਂਗੇ ਤੇ ਕੁਆਰੰਟੀਨ ਤਾਂ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜਿਹੜੇ ਵੀ ਉਹਨਾਂ ਦੇ ਕੰਟੈਕਟ 'ਚ ਆਏ ਆ, ਉਹ ਸਾਰਿਆਂ ਨੂੰ ਅਸੀਂ ਐਡਵਾਈਸ ਕਰਦੇ ਹਾਂ ਵੀ ਉਹ ਕੁਆਰੰਟੀਨ ਕਰਨ ਆਪਣੇ ਆਪ ਨੂੰ। ਪਰ ਇਹ ਜਿਹੜੇ ਕਲੋਜ਼ ਕੰਟੈਕਟ ਸੀ ਕਿਉਂਕਿ ਉਹਨਾਂ ਦੇ ਘਰ ਦੇ ਇਹ ਬੰਦੇ ਸੀਗੇ, ਸੋ ਇਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਹੈਗਾ ਹੋਸਪਿਟਲ ਆਈਸੋਲੇਸ਼ਨ ਦੇ ਵਿੱਚ ਪਾ ਦਿੱਤਾ ਅਤੇ ਇਹਨਾਂ ਦੇ ਸੈਂਪਲ ਲੈ ਲਏ ਅਸੀਂ। ਠੀਕ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।